ਹੈਲੋ ਫਰੈਂਡ ਗੁੱਡ ਮਾਰਨਿੰਗ ਸਬਸਕ੍ਰਾਈਬ ਕਰ ਲੀ ਫਰੈਂਡ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਫਰੈਂਡ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਤੇ ਮੈਂ ਵੀ ਠੀਕ ਆ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਜਾ ਰਹੇ ਆ ਦੁਪਹਿਰ ਦਾ ਟਾਈਮ ਹੈ ਇਹ ਤੇ ਦਿਨ ਹੈਗਾ ਬੁੱਧਵਾਰ ਮੈਂ ਇੱਥੇ ਲਗਾ ਰਹੀ ਸੀਗੀ ਮਸ਼ੀਨ ਮੈਂ ਕਿਉਂਕਿ ਕੱਪੜੇ ਮੈਂ ਧੋਤੇ ਨਹੀਂ ਸੀਗੇ ਨਾ ਸੰਡੇ ਨੂੰ ਧੋਤੇ ਮੈਂ ਸੰਡੇ ਨੂੰ ਦੇਖੋ ਟਾਈਮ じゃ ਨਹੀਂ ਲੱਗਿਆ ਸੀਗਾ ਫਿਰ ਮੈਂ ਕਿਹਾ ਚਲੋ ਮੈਂ ਮੰਡੇ ਨੂੰ ਧੋ ਮੰਡੇ ਨੂੰ ਪਰ ਹੈ ਨਾ ਮੇਨ ਏਰੀਆ ਬਹੁਤ ਚੱਲ ਰਹੀ ਸੀਗੀ ਤੇ ਫਿਰ ਮੈਂ ਮੰਡੇ ਨੂੰ ਵੀ ਨਹੀਂ ਧੋਤੇ ਤੇ ਫਿਰ ਵਿੱਚ ਆ ਗਿਆ ਸੀਗਾ ਦੇਖੋ ਮੰਗਲਵਾਰ ਫਿਰ ਮੰਗਲਵਾਰ ਨੂੰ ਤਾਂ ਦੇਖੋ ਅਸੀਂ ਕੱਪੜੇ ਧੋਂਦੇ ਨਹੀਂ ਹੈਗੇ ਹਨਾ ਮੰਗਲਵਾਰ ਵੀਰਵਾਰ ਨੂੰ ਕੱਪੜੇ ਦੋ ਹਫਤੇ ਚ ਦੋ ਦਿਨ ਅਸੀਂ ਕੱਪੜੇ ਧੋਂਦੇ ਨਹੀਂ ਹੈਗੇ ਕਦੇ ਵੀ ਨਹੀਂ ਮੈਂ ਧੋਤੇ ਹੈਗੇ ਤੇ ਹੁਣੇ ਮੈਂ ਲਗਾ ਦਨੀ ਆ ਮਸ਼ੀਨ ਮੈਂ ਕਿਹਾ ਹੁਣ ਤਾਂ ਕੱਪੜੇ ਹੋਏ ਪਏ ਸੀਗੇ ਜਿਆਦਾ ਮੈਂ ਕਿਹਾ ਅੱਜ ਤਾਂ ਸਰਦਾ ਨਹੀਂ ਹੈਗਾ ਪਰ ਮੀਂਹ ਅੱਜ ਸਾਡੇ ਨਾਲ ਸਵੇਰੇ ਆ ਗਿਆ ਸੀਗਾ ਤੇ ਇਸ ਕਰਕੇ ਮੈਂ ਕਿਹਾ ਚਲੋ ਹੁਣ ਤਾਂ ਜੇ ਹਵਾ ਵੀ ਚੱਲੂਗੀ ਤਾਂ ਮਿੱਟੀ-ਮੁੱਟੀ ਨਹੀਂ ਹਨਾ ਉੱਡਣੀ ਹੈਗੀ ਮੈਂ ਕਿਹਾ ਚਲੋ ਮਿੱਟੀ ਦਬ ਗਈ ਹੋਣੀ ਤੇ ਹੁਣ ਮੈਂ ਫਟਾਫਟ ਲਗਾ ਦਿੰਦੀ ਆ ਮਸ਼ੀਨ ਤੇ ਸਾਰਾ ਕੰਮ ਮੈਂ ਕਪੜੇ ਪਾ ਦੇ ਸੀਗੇ ਬੜੇ ਜਿਆਦੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਪਾਣੀ ਹੁੰਦੀ ਆ ਤੇ ਇੱਥੇ ਆ ਗਏ ਸੀਗੇ ਰਮਨੀਤ ਤੇ ਜੈਨੂ ਦੁਪਹਿਰੇ ਆ ਗਏ ਸੀ ਅੱਜ ਕਾ ਕੀ ਲੈ ਕੇ ਆਣਾ ਪੀਜ਼ਾ ਇੱਧਰ ਦੱਸ ਇੱਧਰ ਦੱਸ ਸ਼ਾਨੀ ਇੱਧਰ ਦੱਸ ਕੀ ਲੈ ਕੇ ਆਣਾ ਸ਼ਾਨੀ ਕੀ ਖਾਣਾ ਪੂਜਾ ਇੱਧਰ ਆ ਕੇ ਦੱਸ ਪੂਜਾ ਪੀਜ਼ਾ 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 ਖਾਣਾ ਤੇ ਹੁਣ ਰਮਣੀਤ ਦੇ ਰੈਡੀ ਗਏ ਨੇ ਪੀਜ਼ਾ ਲੈਂਡ ਤੇ ਇੱਥੇ ਮੈਂ ਨਾ ਕੱਪੜੇ ਇਨਕੇ ਬ੍ਰਸ਼ ਨਾਲ ਹੀ ਧੋ ਦੰਨੀਆਂ ਕਿਉਂਕਿ ਕਈਆਂ ਤੇ ਹਨਾ ਬੱਚਿਆਂ ਵਾਲਿਆਂ ਦੇ ਕਲਰ ਵਗੈਰਾ ਤੇ ਦੇਖੋ ਬ੍ਰਸ਼ ਲਗਾਉਣਾ ਪੈਂਦਾ ਗੰਦੇ ਹੋ ਜਾਂਦੇ ਨੇ ਨਾ ਤੇ ਬ੍ਰਸ਼ ਤੋਂ ਬਗੈਰ ਦੇਖੋ ਫਿਰ ਸਾਫ਼ ਹੁੰਦੇ ਨਹੀਂ ਹੈਗੇ ਕਈ ਕੱਪੜੇ ਜਿਹੜੇ ਹੁੰਦੇ ਨੇ ਕਿਉਂਕਿ ਬੱਚੇ ਜਦੋਂ ਖੇលਦੇ ਨੇ ਹਨਾ ਤਾਂ ਗੰਦੇ ਕਰ ਹੀ ਲੈਂਦੇ ਹੁੰਦੇ ਨੇ ਹੱਥ ਹੁਥ ਲਾ ਦਿੰਦੇ ਹੁੰਦੇ ਨੇ ਤੇ ਮੈਂ ਵਿੱਚੋ ਵਿੱਚੋ ਜਦੋਂ ਹੈਨਾ ਟਾਈਮ ਲੱਗਦਾ ਕਈ ਵਰੀ ਮਸ਼ੀਨ ਦੇ ਮੈਂ ਦੋ ਦੋ ਗੇੜੇ ਦਿਵਾਨੀ ਹੁੰਨੀ ਆ ਕੱਪੜਿਆਂ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਕਰਨ ਲੱਗੀ ਸੀ ਕਿ ਜਦੋਂ ਟਾਈਮ ਮਿਲਦਾ ਮੈਂ ਕਿਹਾ ਚਲੋ ਹੁਣ ਮੈਂ ਚਾਦਰ ਬਿਛਾ ਦੰਨੀ ਆ ਕਿਉਂਕਿ ਬੱਚੇ ਗਏ ਹੋਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਚਾਦਰ ਬਿਛਾ ਦੰਨੀ ਆ ਕਿਉਂਕਿ ਚਾਦਰ ਕਈ ਵੀ ਦਿਨਾਂ ਦੀ ਧੋਣ ਵਾਲੀ ਸੀਗੀ ਮੈਂ ਕਿਹਾ ਇਹ ਵੀ ਮੈਂ ਧੋਏ ਦੰਨੀ ਆ ਲੱਗਦੇ ਹੱਥ ਹੈਨਾ ਤੇ ਜਦ ਤੱਕ ਬੱਚੇ ਆਣਗੇ ਮੈਂ ਇਹ ਵੀ ਸਾਫ ਸਫਾਈ ਜਿੰਨੀ ਕੁ ਹੁੰਦੀ ਆ ਕਰ ਦੰਨੀ ਹੁੰਦੀ ਆ ਤੇ ਅੱਜ ਯਾਨਕੀ ਆਪਣੀ ਫਰੀ ਦੀ ਪਾਰਟੀ ਸੀਗੀ ਹੈ ਨਾ ਕਿਉਂਕਿ ਅੱਜ ਬੁੱਧਵਾਰ ਸੀਗਾ ਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਤੇ ਯਾਨਕੀ ਮੈਂ ਯਾਨਕੀ ਬੀਰਾ ਮੇਰਾ ਹੈ ਨਾ ਛੋਟਾ ਅੱਜ ਇਹ ਕਹਿੰਦਾ ਕਹਿੰਦਾ ਚਲੋ ਮੈਂ ਤੁਹਾਨੂੰ ਪੀਜ਼ਾ ਖਵਾਵਾਂ ਤੇ ਫਿਰ ਆਪਣਾ ਪੀਜ਼ਾ ਤਾਂ ਉਹ ਲੈ ਗਿਆ ਸੀਗਾ ਮੈਂ ਕਹੇ ਸੀ ਤਾਂ ਹਲੇ ਠਹਿਰ ਕੇ ਖਾਵਾਂਗੇ ਕਿਉਂਕਿ ਰਮਣੀ ਤੇ ਦੇ ਰੈਡੀ ਆਏ ਨਹੀਂ ਸੀਗੇ ਨਾ ਤਾਂ ਮੈਂ ਕਿਹਾ ਜਦੋਂ ਆ ਜਾਣਗੇ ਹੈ ਨਾ ਵੀ ਅਸੀਂ ਲੈ ਆਵਾਂਗੇ ਵੀਨੇ ਚਲ ਤੂੰ ਆਪਣਾ ਲੈ ਜਾ ਮੈਂ ਅਸੀਂ ਫੇਰ ਲੈ ਆਵਾਂਗੇ ਫਿਰ ਆਪਣਾ ਲਾ ਗਿਆ ਸੀਗਾ ਹੁਣ ਰਮਣੀਤ ਦੇ ਡੈਡੀ ਗਏ ਹੋਏ ਨੇ ਲੈਣ ਬੱਚਿਆਂ ਨੂੰ ਕਹ ਦੋ ਆਪਣੇ ਡੈਡੀ ਦਾ ਵੇਟ ਕਰ ਰਹੇ ਸੀਗਾ ਕਿ ਬਜੱਕਾ ਛੇਤੀ ਛੇਤੀ ਆਣ ਹੈ ਨਾ ਡੈਡੀ ਆਣ ਤਾਂ ਕਿ ਅਸੀਂ ਪੀਜ਼ਾ ਖਾਈਏ ਫਟਾਫਟ ਤੇ ਹੁਣ ਦੇਖੋ ਆਇਆ ਰਮਣੀਤ ਲਿਆਇਆ ਤੇ ਸ਼ਾਨ ਵੀ ਗਿਆ ਸੀਗਾ ਇਹ ਰੋਣ ਲੱਗ ਗਿਆ ਸੀਗਾ ਪਹਿਲਾਂ ਮੈਂ ਕਹ ਰਮਣੀਤ ਨੂੰ ਭੇਜਤਾ ਸੀਗਾ ਫਿਰ ਇਹ ਕਹਿੰਦਾ ਮੈਂ ਮੰਮੀ ਮੈਨੂੰ ਵੀ ਲੈ ਕੇ ਆਉਣਾ ਤੇ ਇਹ ਹੁਣ ਲਿਆਇਆ ਆਪਣੇ ਵਾਸਤੇ ਦੇਖੋ ਕੋਲਡ ਡਰਿੰਕ ਲਿਆਇਆ ਤੇ ਹੁਣ ਚੱਲੂਗੀ ਦੇਖੋ ਆਪਣੀ ਪਾਰਟੀ ਇਹਨੂੰ ਖੋਲਣ ਨੂੰ ਵੀ ਨਹੀਂ ਦੇ ਰਿਆ ਸੀਗਾ ਇਹਨੂੰ ਫਟਾਫਟ ਐ ਹੋ ਰਿਹਾ ਸੀਗਾ ਕਿ ਹੈਨਾ ਫਟਾਫਟ ਵੀ ਮੇਰੇ ਮੂੰਹ ਚ ਪੈ ਜੋਵੇ ਨੇ ਗਰਮ ਗਰਮ ਵੀ ਖਾ ਲਿਆ ਸੀਗਾ ਮੈਂ ਕਿਹਾ ਗਰਮ ਹੈ ਹਲੇ ਮੂੰਹ ਮੱਚ ਜੂਗਾ ਤੇਰਾ ਤੇ ਫਿਰ ਆਜੋ ਤੁਸੀਂ ਵੀ ਖਾ ਲਓ ਆਓ ਖਾਣ ਤੁਸੀਂ ਵੀ ਖਾ ਲਓ ਪੀਜ਼ਾ ਚਲੋ ਜੀ ਐਨੇ ਅਸੀ ਪੀਜ਼ਾ ਖਾਣੇ ਆ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅਗਰ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਆਪਣੀ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਓ

ਪੀਜ਼ਾ ਖਾ ਕੇ ਚਲੋ ਕੱਪੜੇ ਆਪਣੇ ਧੁੱਲ ਗਏ ਸੀਗੇ ਮੈਂ ਕਿਹਾ ਹੁਣ ਮੈਨੂੰ ਕਈ ਦੀ ਕਾਫੀ ਧੇਰ ਤੋਂ ਇਹਨਾਂ ਕਿ ਦਿਖ ਨਹੀਂ ਰਿਹਾ ਸੀਗਾ ਸ਼ਾਨ ਦਿਖ ਨਹੀਂ ਰਿਹਾ ਸੀਗਾ ਮੈਂ ਰਮਨੀਤ ਨੂੰ ਪੁੱਛਿਆ ਮੈਂ ਕਿਹਾ ਰਮਨੀਤ ਸ਼ਾਨ ਕਿੱਥੇ ਆ ਹੈ ਨਾ ਤਾਂ ਫਿਰ ਉਹ ਕਹਿੰਦਾ ਕਹਿੰਦਾ ਮਮਾ ਉਹ ਦੇਖੋ ਮਸ਼ੀਨ ਥਲੇ ਲੁਕਿਆ ਬੈਠਿਆ ਤੇ ਫਿਰ ਮੈਨੂੰ ਪਤਾ ਚੱਲ ਗਿਆ ਮੈਂ ਕੁਛ ਨਾ ਕੁਛ ਕਰ ਰਿਹਾ ਹੈ ਇਹ ਇਹਨੇ ਦੇਖੋ ਸਾਰੀ ਹੈ ਨਾ ਜਿਹੜੀ ਆਪਣੀ ਮੂਵ ਹੁੰਦੀ ਹੈ ਇਹ ਜਿਹੜੀ ਦਵਾਈ ਹੁੰਦੀ ਹੈ ਉਹ ਸਾਰੀ ਕੱਢ ਕੇ ਹੈ ਨਾ ਮਸ਼ੀਨ ਦੇ ਲਾਂ ਲੱਗ ਰਿਹਾ ਸੀ ਕਹਿੰਦਾ ਮਮਾ ਮੈਂ ਉਹਨੂੰ ਠੀਕ ਕਰ ਰਿਹਾ ਹੈ ਨਾ ਤੇ ਐ ਕਹਿਣ ਲੱਗ ਰਿਹਾ ਸੀਗਾ ਇਹ ਬਹੁਤ ਸ਼ਰਾਰਤੀ ਐ ਨੇ ਮਸ਼ੀਨ ਕੋਲੇ ਨੇ ਆ ਕੇ ਬੈਠਣਾ ਹੁੰਦਾ ਕੁਛ ਨਾ ਕੁਛ ਉਹਦਾ ਕਰੀ ਜਾਣਾ ਕੋਈ ਉਹਦਾ ਨਟ ਖੋਲ ਦੇਣਾ ਕਦੇ ਨਟ ਕੋਈ ਕੱਸ ਦੇਣਾ ਐਂ ਕਰੀ ਜਾਂਦਾ ਹੁੰਦਾ ਤੇ ਇਸ ਤੋਂ ਬਾਅਦ ਹੁਣ ਮੈਂ ਪਾ ਦਨੀਆਂ ਦੇਖੋ ਉੱਪਰ ਕੱਪੜੇ ਤੇ ਹਵਾ ਦੇਖੋ ਕਿੰਨੀ ਤੇਜ਼ ਚੱਲ ਰਹੀ ਐ ਮੈਂ ਕਿਹਾ ਚਲੋ ਹੈਨਾ ਥੋੜੇ ਕੇ ਇਹਨਾਂ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਸੁੱਕ ਜਾਣਗੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਮੈਨੂੰ ਟਾਈਮ ਬਹੁਤ ਲੱਗਿਆ ਸੀਗਾ ਕੱਪੜੇ ਧੋਂਦੇ ਹੋਏ ਕਿਉਂਕਿ ਵਿੱਚੋ ਵਿੱਚੋ ਮੈਂ ਕੁਛ ਕਦੇ ਉੱਠ ਗਈ ਸੀਗੀ ਹੈਨਾ ਤਾਂ ਕਰਕੇ ਤੇ ਇੱਥੇ ਕੱਪੜੇ ਜਦੋਂ ਆਪਣੇ ਧੁੱਲ ਗਏ ਮੈਂ ਕਿਹਾ ਹੁਣ ਮੈਂ ਸਾਰਾ ਧੋ ਦੰਨੀ ਆ ਕਈ ਦਿਨ ਹੋ ਗਏ ਹੈਨਾ ਹਫਤੇ ਮੰਗੂ ਹੋ ਗਏ ਸੀਗੇ ਧੋਤਾ ਨਹੀਂ ਸੀਗਾ ਜਦੋਂ ਕਿ ਨੇਰੇ ਨੂਰੀ ਕਾਫੀ ਚੱਲੀ ਸੀਗੀ ਤੇ ਆਪਾਂ ਨੇ ਬਾਹਰ ਮਿੱਟੀ ਵੀ ਗਰਾਈਆ ਹੈਨਾ ਉਹ ਵੀ ਸਾਰੀ ਅੰਦਰ ਹਲਾਈਆਂ ਸੀਗੀ ਤੇ ਫਿਰ ਮੈਂ ਸਾਰੇ ਹਨ ਕਿ ਬੂਟ ਜਿਹੜਾ ਸ਼ੂਜ਼ ਰੈਕ ਸੀਗਾ ਉਹ ਵੀ ਚੱਕ ਕੇ ਕੱਲ ਮੈਂ ਇੱਥੋਂ ਪਹਿਲਾਂ ਝਾੜੂ ਲਗਾਤਾ ਸੀਗਾ ਕੱਲ ਤੋਤਾ ਨਹੀਂ ਸੀਗਾ ਮੈਂ ਕਿ ਚੱਲੋ ਵੀ ਹੈਨਾ ਕੱਲ ਵੀ ਜਦੋਂ ਮੈਂ ਕੱਪੜੇ ਧੋਂਗੇ ਉਹਦੀ ਧੋ ਦਵਾਂਗੀ ਇਸ ਕਰਕੇ ਅੱਜ ਮੈਂ ਸਾਰਾ ਧੋ ਦੰਨੀ ਆ ਸਾਰੇ ਹੈਨਾ ਮਿੱਟੀ ਮੁੱਟੀ ਸਾਰੀ ਕਮਰੇ ਐਚੋ ਸਾਰੀ ਬਾਹਰ ਕੱਢ ਦੰਨੀ ਆ ਐਨ ਆਪਾਂ ਘਰ ਨੂੰ ਕਰ ਦੰਨੇ ਆ ਚੱਕਾ ਚੱਕ ਤੇ ਇੱਥੇ ਮੈਂ ਸ਼ੈਂਕ ਵੀ ਧੋ ਦੰਨੇ ਆ ਲੱਗਦੇ ਹੱਥ ਕਿਉਂਕਿ ਹੈਨਾ ਅੰਦਰ ਫਿਰ ਜਦੋਂ ਇੱਕ ਚੀਜ਼ ਜੀ ਜਦੋਂ ਗੰਦੀ ਜੀ ਰਹਿ ਜਾਂਦੀ ਆ ਉੱਪਰੋਂ ਮਿੱਟੀ ਸਾਰੀ ਇੱਥੇ ਆ ਕੇ ਡਿੱਗਣ ਲੱਗ ਜਾਂਦੀ ਆ ਤੇ ਕਿਤੇ ਨਾ ਜਿਵੇਂ ਤੁਹਾਨੂੰ ਇਹ ਦਿਖ ਰਹੇ ਨੇ ਹਨਾ ਇਹ ਚ ਫੋਨ ਚ ਬਹੁਤ ਜ਼ਿਆਦਾ ਐਵੇਂ ਵੀ ਗੰਦਾ ਆ ਲੱਗ ਰਿਹਾ ਪਰ ਇੰਨਾ ਹੈ ਨਹੀਂਗਾ ਇਹ ਪਤਾ ਨਹੀਂ ਕੀ ਐਵੇਂ ਪਾਣੀ ਦੇ ਜਿਵੇਂ ਪੋਚਾ ਲਗਾਨੇ ਆ ਫਿਰ ਉੱਥੇ ਥੋੜਾ ਜਿਹਾ ਉਹ ਹੋ ਜਾਂਦੀ ਹੈ ਜਿਵੇਂ ਇਹ ਟੈਲਾ ਵਗੈਰਾ ਹੈਗੀਆਂ ਨੇ ਉੱਥੇ ਕਾਲਸ ਜੀ ਜੰਮ ਜਾਂਦੀ ਹੈ ਪਰ ਜਿੰਨੀ ਫੋਨ ਦੇ ਵਿੱਚ ਸ਼ੋ ਹੋ ਰਹੀ ਹੈ ਇੰਨੀ ਇੰਚ ਦਿਖਦੀ ਨਹੀਂ ਹੈਗੀ ਇਹ ਉਂਝ ਦੇਖੀਏ ਜੇ ਤੇ ਬਸ ਮੈਂ ਮਸ਼ੀਨ ਵੀ ਸਾਫ਼ ਕਰਤੀ ਸੀਗੀ ਹਨਾ ਤੇ ਹੁਣ ਮੈਂ ਲੱਗਦੇ ਹੱਥ ਮੈਂ ਚੇਅਰ ਵੀ ਦੇਖੋ ਸਾਫ਼ ਕਰਦਨੇ ਇਹ ਵੀ ਮਿੱਟੀ ਲੱਗੀ ਪਈ ਸੀਗੀ ਧੂੜ ਜੀ ਕੁਛ ਆਪਣੇ ਜ਼ਿਆਦਾਤਰ ਹੈ ਨਾ ਉੱਪਰ نیچے ਸਾਰਾ ਕੁਝ ਖੁੱਲਾ ਜਾਈ ਹੈ ਉੱਪਰ ਵੀ ਬਹੁਤ ਵੱਡੀ ਵਿੰਡੋ ਰੱਖੀ ਹੋਈ ਹੈ ਉਹ ਵੀ ਖੁੱਲੀ ਹੈ ਤੇ ਇੱਧਰ ਗੇਟ ਕੋਲੋਂ ਵੀ ਤੇ ਉੱਧਰਲੀ ਸਾਈਡ ਵੀ ਤੇ ਸਾਰਾ ਖੁੱਲਾ ਜਾਈ ਹੈ ਇਸ ਕਰਕੇ ਮਿੱਟੀ ਜੀ ਆਈ ਹੋ ਜਾਂਦੀ ਹੁੰਦੀ ਹੈ ਹੈਨਾ ਥੋੜੀ ਜਿਹੀ ਹਵਾ ਚੱਲਦੀ ਹੈ ਉਹਦੀ ਕਿਰਕਿਟ ਜੀ ਹੋਣ ਲੱਗ ਜਾਂਦੀ ਹੈ ਤੇ ਹੁਣ ਮੈਂ फटाफट ਧੋ ਦੰਨੀ ਆ ਤੇ ਪਾਣੀ ਨਾ ਸਾਡਾ ਫਰਸ਼ ਬਿਲਕੁਲ ਹੀ ਬੇਕਾਰ ਲੱਗਿਆ ਹੋਇਆ ਸਾਰਾ ਪਾਣੀ ਅੰਦਰ ਜਾਂਦਾ ਪਰ ਹੁਣ ਜ਼ਿਆਦਾਤਰ ਮੈਂ ਹੁਣ ਧੋਣ ਲੱਗਿਆ ਪਹਿਲਾਂ ਮੈਂ ਬਹੁ ਘੱਟ ਧੋਂਦੀ ਸੀਗੀ ਕਿਉਂਕਿ ਇੱਥੇ ਪਹਿਲਾਂ ਦੇਖੋ ਸਕੂਟੀ ਵੀ ਇੱਥੇ ਹੁੰਦੀ ਸੀਗੀ ਤੇ ਰਮਨੀਦੀ ਸਾਈਕਲ ਵੀ ਇੱਥੇ ਖੜੀ ਹੁੰਦੀ ਸੀਗੀ ਤੇ ਥੋੜੀ ਜਿਹੀ ਦਿੱਕਤ ਜੀ ਆਂਦੀ ਹੁੰਦੀ ਸੀਗੀ ਫਿਰ ਧੋਨ ਚ ਫਿਰ ਕਮਰੇ ਆ ਦੇ ਵਿੱਚ ਪਾਣੀ ਵੜ ਜਾਂਦਾ ਸੀਗਾ ਤਾਂ ਕਰਕੇ ਹੁਣ ਸਾਰਾ ਸਮਾਨ ਉਧਰ ਐ ਸਕੂਟੀ ਵਗੈਰਾ ਆਪਾਂ ਹੁਣ ਉਧਰਲੀ ਸਾਈਡ ਲਗਾ ਦਨੇ ਆ ਹੁਣ ਥੋੜਾ ਜਿਹਾ ਖੁੱਲਾਇਆ ਲੱਗਦਾ ਫਿਰ ਜੀ ਵੀ ਕਰਦਾ ਹੈ ਨਾ ਕੰਮ ਜਿਹਾ ਕਰਨ ਨੂੰ ਤੇ ਬਸ ਮੈਂ ਹੁਣ ਇੱਥੇ ਗੇਟ ਵਗੈਰਾ ਤੇ ਵੀ ਦੇਖੋ ਪਾਣੀ ਮਾਰ ਦੰਨੀ ਆ ਕਿਉਂਕਿ ਇਹਨਾਂ ਤੇ ਵੀ ਦੇਖੋ ਮਿੱਟੀ ਜੀ ਹੋਈ ਜਾਂਦੀ ਐ ਤੇ ਇੱਕ ਵਾਰੀ ਜਦੋਂ ਜਦੋਂ ਸਾਰੀ ਮਿੱਟੀ ਘਰ ਚੋਂ ਨਿਕਲ ਜ ਐਨ ਬਿਲਕੁਲ ਯਾਨਕਿ ਆਵਾਜ਼ ਵੀ ਹੈ ਨਾ ਠੰਡੀ ਠੰਡੀ ਹਵਾ ਲਗਣ ਲਾਈ ਜਾਂਦੀ ਹੈ ਆਵਾਜ਼ ਵੀ ਜਦੋਂ ਆਪਾਂ ਬੋਲਦੇ ਆ ਨਾ ਸੋਹਣੀ ਆਉਂਦੀ ਹੈ ਤੇ ਇਸ ਤੋਂ ਬਾਅਦ ਹੁਣ ਰਮਣੀ ਦੇ ਡੈਡੀ ਆ ਗਏ ਸੀਗੇ ਤੇ ਮੈਂ ਬਾਈਪਰ ਵਗੈਰਾ ਸਾਰਾ ਲਗਾਤਾ ਸੀਗਾ ਬਸ ਇੱਧਰ ਰਹਿ ਗਿਆ ਸੀਗਾ ਕਿਉਂਕਿ ਇੱਧਰ ਮਿੱਟੀ ਸੀਗੀ ਫਿਰ ਮੇਰੇ ਗਿੱਲੇ ਜਿਹੇ ਪੈਰ ਅੰਦਰ ਵਾਪਸ ਆਈ ਜਾਂਦੇ ਸੀਗੇ ਫਿਰ ਇੱਥੇ ਲਗਾ ਰਹੇ ਸੀਗੇ ਰਮਣੀ ਦੇ ਦੇ ਡੈਡੀ ਝਾੜੂ ਲਗਾ ਦਿੰਦੇ ਨੇ ਹਵਾ ਦੀ ਕਰਕੇ ਨਾ ਕੂੜਾ ਜਾਂ ਉੱਡੀ ਜਾਂਦਾ ਸੀਗਾ ਤੇ ਇੱਥੇ ਹੁਣ ਬਸ ਧੂਲ ਧੋਤਾ ਸੀਗਾ ਸਾਰਾ ਮੈਂ ਫਿਰ ਮੈਂ ਇੱਥੇ ਸਾਰਾ ਯਾਨਕੀ ਪੋਚਾ ਲਗਾ ਦਨੀ ਆ ਤਾਂ ਕਿ ਇਹਨ ਵਧੀਆ ਸੁੱਕ ਜੀ ਜਾਵੇ ਮਿੱਟੀ ਬਿਲਕੁਲ ਵੀ ਨਾ ਰਹੇ ਹੈ ਨਾ ਸਾਰਾ ਮੈਂ ਹੁਣ ਪੋਚਾ ਲਗਾਤਾ ਤੇ ਹੁਣ ਚਲੋ ਜੀ ਪੋਚਾ ਲਗਾਣ ਤੋਂ ਬਾਅਦ ਹੁਣ ਮੈਂ ਆ ਗਈ ਸੀਗੀ ਆਪਣੇ ਸਟੀਚਿੰਗ ਵਾਲੇ ਰੂਮ ਦੇ ਵਿੱਚ ਤੇ ਇਹਦੇ ਵਿੱਚ ਹੁਣ ਮੈਨੇ ਕਰਨੀ ਸੀਗੀ ਜਿਹੜਾ ਮੈਂ ਅੱਜ ਸਵੇਰੇ ਸੂਟ ਸਟਿਚ ਕੀਤਾ ਸੀਗਾ ਨਾ ਤਾਂ ਉਹਦੀ ਮੈਂ ਇੰਟਰਲੋਕ ਪ੍ਰੈਸ ਵਗੈਰਾ ਕਰਨੀ ਸੀਗੀ ਤੇ ਬੇਟਾ ਉੱਠ ਗਿਆ ਸੀਗਾ ਉਹ ਸੋਇਆ ਹੋਇਆ ਸੀਗਾ ਨਾ ਮੈਂ ਉਹਨੂੰ ਸੁਵਾਤਾ ਸੀਗਾ ਤੇ ਫਿਰ ਹੁਣ ਕਿਉਂਕਿ ਅੱਜ ਮੈਨੇ ਇਹਨੂੰ ਬਿਲਕੁਲ ਹੌਲੀ-ਹੌਲੀ ਕੰਮ ਕੀਤਾ ਐਂ ਬਿਨਾ ਟੈਨਸ਼ਨ ਫਰੀ ਹੋ ਕੇ ਤਾਂ ਕਿ ਹਨਾ ਮੈਂ ਤੇ ਦੇਨਾ ਟਾਈਮ ਵੀ ਮੈਨੇ ਲਗਾਤਾ ਸੀਗਾ ਫਿਰ ਤੇ ਹੁਣ ਮੈਂ ਰਾਤ ਨੂੰ ਦੇਣਾ ਇਹ ਸੂਟ ਇਹਨੂੰ ਮੈਂ ਇੰਟਰਲੋ ਕਰਦਣੀ ਆ ਪ੍ਰੈਸ ਕਰਦਣੀ ਆ ਤੇ ਨਾਲ ਦੀ ਨਾਲ ਮੈਂ ਬੇਟੀ ਨੂੰ ਵੀ ਪੜਾ ਰਹੀ ਸੀਗੀ ਕਿਉਂਕਿ ਇਹਦੇ ਵੀ ਦੇਖੋ ਹੁਣ ਟੈਸਟ ਵਗੈਰਾ ਜੀ ਹੁਣ ਸ਼ੁਰੂ ਹੋਣੇ ਨੇ ਤੇ ਇੱਕ ਸੂਟ ਤੇ ਦੇਖੋ ਮੈਂ ਪ੍ਰੈਸ ਕਰਤਾ ਸੀਗਾ ਫਿਰ ਮੈਂ ਰਮਨੀਤ ਦੇ ਡੈਡੀ ਨੂੰ ਕਹਿੰਦੀ ਸੀਗੀ ਮੈਂ ਤੇ ਜਿਹੜੇ ਰਹਿ ਗਏ ਹਨ ਉਹ ਤੁਸੀਂ ਕਰ ਦੋ ਤੇ ਹੱਥੇ ਆ ਗਏ ਸੀਗੇ ਮੰਮੀ ਮੰਮੀ ਆਈ ਸੀਗੀ ਅੱਜ ਸ਼ਾਨ ਨੂੰ ਲੈਣ ਕਿਉਂਕਿ ਅੱਜ ਗਿਆ ਨਹੀਂ ਹੈ ਗਿਆ ਇਹ ਅੱਜ ਆਪਣੇ ਜਿਹੜੇ ਉੱਪਰ ਆਏ ਸੀਗੇ ਨਾ ਨਵੀਂ ਫੈਮਿਲੀ ਜਿਹੜੀ ਆਈ ਹੋਈ ਹੈ ਹਨਾ ਉਹਨਾਂ ਦੇ ਨਾਲ ਖੇਲਣ ਲੱਗ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਆ ਕੇ ਇਹ ਸੋ ਗਿਆ ਸੀਗਾ ਇਹ ਹੁਣੀ ਉੱਠਿਆ ਮੈਂ ਕਿਹਾ ਚਲੋ ਇਹਨੂੰ ਮੈਂ ਠਾ ਦਿੰਨੀ ਆ ਕਿਉਂਕਿ ਫਿਰ ਹਨਾ ਇਹ ਰਾਤ ਨੂੰ ਸੋਣਾ ਨਹੀਂ ਹੈਗਾ ਤੇ ਉਹਨੂੰ ਹੁਣ ਮੈਂ ਰੋ ਰਿਆ ਸੀਗਾ ਉਹਨੂੰ ਮੈਂ ਚੱਕ ਲੈਨੀ ਆ ਗੋਦੀ ਤੇ ਮੰਮੀ ਗੱਲਾਂ ਕਰ ਰਹੀ ਸੀਗੀ ਸੂਟ ਬਾਰੇ ਵੀ ਮੇਰਾ ਸੂਟ ਬਣਾ ਦੇ ਬਣਾ ਦੇ ਕਈ ਦਿਨ ਹੋ ਗਏ ਮੰਮੀ ਦੇ ਸੂਟ ਪਏ ਨੂੰ ਐਵੇਂ ਕਰ ਰਹੀ ਸੀਗੀ ਵੀ ਕਦੋਂ ਬਣਾ ਕੇ ਦੇਣਗੇ ਕਹਿੰਦੀ ਮੇਰੇ ਸਾਰੇ ਸੂਟ ਫਟ ਗਏ ਨੇ ਵੀ ਹੋਰਾਂ ਦੇ ਬਣਾ ਰਹੀਆਂ ਤੇ ਮੰਮੀ ਐਵੇਂ ਬੱਸ ਬੋਲੀ ਜਾਂਦੀ ਸੀਗੀ ਮੈਨੂੰ ਅੱਜ ਤੇ ਦੋ ਤਿੰਨ ਜੇ ਸੂਟ ਰਹਿ ਗਏ ਸੀਗੇ ਮੈਂ ਕਿਹਾ ਚਲੋ ਇਹ ਤੁਸੀਂ ਇੰਟਰਲੋਕ ਕਰ ਦਿਓ ਇਹਨੂੰ ਮੈਂ ਫੜ ਲੈਨੀ ਆ ਤੇ ਕੁਝ ਮੈਂ ਕਿਹਾ ਮੈਂ ਸਭ ਜੀ ਸੂਜੀ ਵੀ ਕੱਟ ਲਵਾਂਗੀ ਮੇਰੇ ਚਾੜਾ ਜਿਹੜੇ 2-3 ਸੂਟ ਹੈਗੇ ਨੇ ਉਹ ਤੁਸੀਂ ਇੰਟਰਲੋਕ ਕਰ ਦੋ ਹੈਨਾ ਚਲ ਇੰਟਰਲੋਕ ਕਰ ਦਿੰਦੇ ਨੇ ਇਹ ਪਰ ਪ੍ਰੈਸ ਨਹੀਂ ਕਰਦੇ ਹੈਗੇ ਕਿਉਂਕਿ ਪ੍ਰੈਸ ਤੋਂ ਇਹਨਾਂ ਨੂੰ ਥੋੜਾ ਜਿਹਾ ਡਰਜਾ ਲੱਗਦਾ ਕਿ ਕਈ ਵਾਰੀ ਮੱਚ ਮੁਰਚ ਨਾ ਜਾਵੇ ਤਾਂ ਕਰਕੇ ਨਾ ਹੀ ਮੈਨਾਂ ਤੋਂ ਕਦੇ ਪ੍ਰੈਸ ਕਰਵਾਉਂਦੀ ਆ ਬਸ ਆਪਣੇ ਕੱਪੜਿਆਂ ਤੇ ਇਹ ਕਰ ਲੈਂਦੇ ਹੁੰਦੇ ਨੇ ਤੇ ਇਸ ਤੋਂ ਬਾਅਦ ਲੱਗੇ ਸੀਗੇ ਰਮਨੀਤ ਦੇ ਡੈਡੀ ਡੈਡੀ ਕਹਿੰਦੇ ਕਹਿੰਦੇ ਮੈਂ ਕਰ ਦਿੰਨਾ ਹੈਨਾ ਇੰਟਰਲੋਕ ਕਹਿੰਦੇ ਚਲ ਤੂੰ ਇਹਨੂੰ ਫੜ ਲੈ ਇਹ ਰੋਈ ਜਾਂਦਾ ਸੀਗਾ ਇਹਨੂੰ 2 ਮਿੰਟ ਫੜ ਲੈ ਮੈਂ ਕਿਹਾ ਚਲ ਠੀਕ ਹੈ ਹੈਨਾ ਤੇ ਮੈਂ ਹੁਣ ਕੱਟ ਲਾਵਾਂਗੀ ਸਬਜ਼ੀ ਕਿਉਂਕਿ ਸ਼ਾਨੂੰ ਨੂੰ ਤਾਂ ਦੇਖੋ ਮੰਮੀ ਲੈ ਕੇ ਜਾ ਰਹੇ ਨੇ ਮੰਮੀ ਕਹਿੰਦੇ ਅੱਜ ਸਾਡਾ ਦੇਖੋ ਇਹਦੇ ਬਿਨਾਂ ਜੀ ਨਹੀਂ ਲੱਗਿਆ ਹੈਗੇ ਅੱਜ ਇਹ ਆਇਆ ਨਹੀਂ ਹੈਗਾ ਮੱਖਾ ਮੰਮੀ ਅੱਜ ਨਾ ਇਹ ਉੱਪਰ ਖੇਲਣ ਲੱਗ ਗਿਆ ਸੀਗਾ ਉੱਪਰ ਇਹਨੂੰ ਨਿਊ ਫਰੈਂਡ ਮਿਲ ਗਏ ਮੈਂ ਕਿਹਾ ਤਾਂ ਕਰਕੇ ਅੱਜ ਇਹ ਆਇਆ ਨਹੀਂ ਹੈਗਾ ਤੇ ਇੱਥੇ ਹੁਣ ਇਹਨੂੰ ਲੈ ਕੇ ਜਾਂਦੇ ਨੇ ਮੰਮੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਜਿਹੜੇ ਨਿਊ ਨੀ ਉਹ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਤੇ ਆਪਾਂ ਕੱਲੂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਓਕੇ